ਕਿਸੇ ਤੋਂ ਉਪਦੇਸ਼ ਹੋਰ ਤੋਂ ਲੈਣ ਦੀ ਲੋੜ ਨਹੀਂ ਉਹ ਜਿਨ੍ਹਾਂ ਨੇ ਆਪਣੇ ਮਾਲਕ ਨੂੰ ਹੀ ਰੱਬ ਕਰਕੇ ਜਾਣਿਆ ਤੇ ਉਹਦੇ ਤੇ ਭਾਵਨਾਵਾਂ ਲਿਆਂਦੀਆਂ ਕਹਿੰਦੇ ਮਨ ਬਚ ਕਰਮ ਸਵਾਮੀ ਸੇਵਾ ਅਧਿਕਾਰ ਹੈ ਮਨ ਕਰਕੇ ਮਨ 'ਚ ਵੀ ਕੋਈ ਫੁਰਨਾ ਨਾ ਹੋਰ ਉੱਠੇ ਤੇ ਔਰ ਬਚਨਾ ਕਰਕੇ ਬੋਲਾਂ ਕਰਕੇ ਆਪਣੇ ਮਾਲਕ ਦਾ ਬੜਾ ਸਤਕਾਰ ਕਰਨਾ ਕਦੇ ਨਾ ਹੋਵੇ ਪਾਣੀ ਕੇ ਮੰਗਤ ਪਾਥਰ ਮਾਰੇ ਨਾਰ ਕਿਦੋ ਕਰ ਨਾਹਰ ਆਨੀ ਮਾਲਕ ਨੇ ਪਤੀ ਨੇ ਪਾਣੀ ਮੰਗ ਲਿਆ ਚੁੱਕ ਕੇ ਵੱਟਾ ਮਾਰਿਆ ਤੇਰਾ ਸਿਆਪਾ ਰੋਜ਼ ਰੋਜ਼ ਕਿੱਥੋਂ ਕਰਾਂ ਕਹਿੰਦੇ ਫਿਰ ਉਹ ਤਾਂ ਸ਼ੇਰਨੀ ਬਨ ਲਈ ਕਰੇ ਰੋਜ਼ ਸ਼ਿਕਾਰ ਕਰਨ ਨੂੰ ਆਉਂਦੀ ਰੋਜ਼ ਖਾਣ ਨੂੰ ਆਉਂਦੀ ਏ ਕਹਿੰਦੇ ਉਨੀ ਮਾਲਕ ਜਿੰਨੇ ਜਾਣਿਆ ਨਾ ਜਿਹਦੇ ਹਿਰਦੇ ਵਿੱਚ ਪ੍ਰੇਮ ਹੋਇਆ ਚੰਗੇ ਬੋਲ ਔ ਅਦਬ ਸਤਕਾਰ ਵਾਲੇ ਉਹਨੂੰ ਕਿਸੇ ਤੋਂ ਉਪਦੇਸ਼ ਦੀ ਲੋੜ ਨਹੀਂ ਕਿਸੇ ਲੋਕਾਚਾਰੀ ਕਿਸੇ ਬੇਦਚਾਰੀ ਦੀ ਉਹਨੂੰ ਬ੍ਰਹਮ ਮਾਲਕ ਆਪਣੇ ਦੀ ਸੇਵਾ ਚੋਂ ਮਿਲ ਜਾਣਾ ਹੈ ਉਹਨੂੰ ਸੇਵਾ ਚੋਂ ਮਿਲ ਜਾਣਾ ਉਹਨਾਂ ਬਚਨਾਂ ਚੋਂ ਸਵਾਮੀ ਸੇਵਾ ਅਧਿਕਾਰ ਹੈ ਉਹਨੂੰ ਅਧਿਕਾਰ ਹੈ ਕਿ ਉਹ ਆਪਣੇ ਮਾਲਕ ਦੀ ਸੇਵਾ ਕਰੇ ਆਪਣੇ ਪਤੀ ਦੀ ਸੇਵਾ ਕਰੇ ਕਹਿੰਦੇ ਇਸੇ ਤਰ੍ਹਾਂ ਸਿਖਾ ਤੈਨੂੰ ਕਿਸੇ ਜਗ੍ਹਾ ਤੋਂ ਉਪਦੇਸ਼ ਲੈਣ ਦੀ ਲੋੜ ਨਹੀਂ ਤੂੰ ਵੀ ਇਹ ਬੀਬੀ ਵਾਲਾ ਧਰਮ ਨਭਾਲਾ ਤੂੰ ਵੀ ਮਾਲਕ ਵਾਲਾਂ ਜੇ ਉਹ ਮਾਲਕ ਵਾਲੀ ਆ ਨਾ ਤੇ ਤੂੰ ਵੀ ਮਾਲਕ ਵਾਲਾ ਹੈ ਤੇ ਤੈਨੂੰ ਵੀ ਕਿਤੇ ਦੁਰਦਰ ਪਟਕਣ ਦੀ ਲੋੜ ਨਹੀਂ ਤੂੰ ਵੀ ਆਪਣੇ ਮਾਲਕ ਲਈ ਸਤਕਾਰ ਵਾਲੇ ਅਦਬ ਵਾਲੇ ਬਚਨ ਬੋਲਿਆ ਕਰ ਤੇ ਬੜੇ ਪ੍ਰੇਮ ਨਾਲ ਅੰਦਰੋਂ ਕੋਈ ਮਾੜਾ ਫੁਰਨਾ ਨਾ ਉਤਪਨ ਕਰਨ ਦੇ ਆਕਰ ਤੇ ਕਰਮ ਉਹ ਕਰ ਜਿਹੜੇ ਤੇਰੇ ਮਾਲਕ ਨੂੰ ਪਾਉਂਦਾ ਪਤੀ ਕਹੇ ਤੂੰ ਆ ਕੰਮ ਨਹੀਂ ਕਰਨਾ ਤੇ ਬਤਨੀ ਕਹੇ ਕੋਈ ਗੱਲ ਨਹੀਂ ਨਹੀਂ ਕਰਦੀ ਤੇ ਫਿਰ ਉਹੀ ਕੰਮ ਕਰੇ ਤੇ ਫਿਰ ਹੋਵੇਗਾ ਕਿ ਆਪਾਂ ਨੂੰ ਪਤਾ ਸੰਸਾਰ ਚ ਫਿਰ ਤੂੰ ਤੂੰ ਮੈਂ ਮੈਂ ਝਗੜੇ ਵੱਧਦੇ ਰੌਲੇ ਪੈਂਦੇ ਔਰ ਬਾਈ ਸਾਹਿਬ ਇਹ ਹਵਾਲਾ ਬਾਹਰ ਦਾ ਦੇ ਕੇ ਸਮਝਾਉਂਦੇ ਜੇ ਮਸਲਾ ਬਾਹਰ ਦਾ ਐਂ ਵਿਗੜਦਾ ਹੈ ਤੇ ਅੰਦਰ ਵਾਲਾ ਵੀ ਐਂ ਵਿਗੜਦਾ ਹੈ ਬਾਹਰੋਂ ਤਾਂ ਅਸੀਂ ਵੀ ਸਾਰੇ ਕਹਿੰਨੇ ਅਸੀਂ ਤੂੰ ਗੁਰੂ ਆ ਸਾਡਾ ਤੇ ਅਸੀਂ ਸਿੱਖ ਤੇਰੇ ਤੇਰਾ ਹੁਕਮ ਮੰਨਾਂਗੇ ਤੇਰੇ ਬਚਨ ਮੰਨਾਂਗੇ ਪਰ ਫਿਰ ਕੰਮ ਉਹੀ ਰਹਿੰਦਾ ਜਿਹੜੇ ਪਾਸਿਓਂ ਮਾਲਕ ਪਤੀ ਰੋਕੇ ਉਧਰੋਂ ਜੇ ਬੀਬੀ ਨਾ ਰੁਕੇ ਜਾਨੂਆਂ ਨੂੰ ਨਾ ਰੁਕੇ ਤੇ ਫਿਰ ਰੌਲਾ ਹੀ ਪੈਣਾ ਨਾ ਫਿਰ ਝਗੜਾ ਹੀ ਵਧਣਾ ਹੈ ਨਾ ਫਿਰ ਘਰ ਪਰਿਵਾਰ ਜ਼ਿੰਦਗੀ ਦੁਫਾੜ ਹੀ ਹੋਣੀ ਹੈ ਨਾ ਤੇ ਜਿੱਦਰੋ ਗੁਰੂ ਰੋਕੇ ਜੇ ਸਿੱਖ ਨਾ ਰੁਕੇ ਤੇ ਫਿਰ ਜ਼ਿੰਦਗੀ ਜਿਹੜੀ ਇਹ ਬਰਬਾਦ ਹੀ ਹੋਣੀ ਹੈ ਆਬਾਦ ਕਿੱਥੋਂ ਹੋਵੇਗੀ ਕਹਿੰਦੇ ਸੱਜਣਾ ਤੇਰੇ ਵਾਸਤੇ ਵੀ ਹੈ ਭਾਈ ਸਾਹਿਬ ਦੂਜਾ ਪ੍ਰਮਾਨ ਦਿੰਦੇ ਕਹਿੰਦੇ ਨਾਮ ਈਸ਼ ਨਾਨ ਦਾ ਸੰਜਮ ਨਾ ਦਾ ਤਪ ਕਹਿੰਦੇ ਕਿਸੇ ਤੋਂ ਲੈ ਕੇ ਜਿਹੜੀ ਬੀਬੀ ਆਪਣੇ ਮਾਲਕ ਨੂੰ ਮਾਲਕ ਕਰਕੇ ਜਾਣਦੀ ਆ ਔਰ ਜਿਨ੍ਹਾਂ ਨੇ ਪਰੋ ਆਪਣੇ ਪਤੀ ਨੂੰ ਪਰਮਾਤਮਾ ਰੂਪ ਜਾਣ ਕੇ ਆਪਣੇ ਅੰਦਰ ਮਾਲਕ ਵਾਲੇ ਖਿਆਲ ਬਣਾਏ ਨਾ ਉਹਨਾਂ ਨੂੰ ਕਿਸੇ ਤੋਂ ਨਾਮ ਲੈਣ ਦੀ ਲੋੜ ਏ ਕਿ ਫਲਾਣਾ ਬਾਬਾ ਨਾਮ ਦਿੰਦਾ ਉਹ ਤੋਂ ਲਈਏ ਤੇ ਨਾ ਉਹਨਾਂ ਨੂੰ ਤੀਰਥਾਂ ਤੇ ਭਟਕ ਕੇ ਕਿਸੇ ਇਸ਼ਨਾਨ ਦੀ ਲੋੜ ਏ ਤੇ ਨਾ ਹੀ ਉਹਨਾਂ ਨੂੰ ਕੋਈ ਵਿਸ਼ੇਸ਼ ਦਾਨ ਦੀ ਲੋੜ ਏ ਤੇ ਨਾ ਕਿਸੇ ਜਾ ਕੇ ਖੂਆ ਆ ਤੇ ਤਪ ਆਦ ਦੀ ਲੋੜ ਆ ਕਿਤੇ ਕੰਦਰਾ ਚ ਉਹ ਬੀਬੀ ਘਰੇ ਹੀ ਬ੍ਰਹਮ ਨੂੰ ਮਿਲ ਲੈਂਦੀ ਆ ਜਿਹਦਾ ਭਰੋਸਾ ਕਹਿੰਦੇ ਸਿੱਖਾ ਤੂੰ ਵੀ ਜੇ ਮਾਲਕ ਨੂੰ ਜਪੇ ਤੇ ਤੈਨੂੰ ਕਿਸੇ ਤੋਂ ਨਾਮ ਦਕਸ਼ਨਾ ਲੈਣ ਜਾਣ ਦੀ ਲੋੜ ਨਹੀਂ ਤੇਰਾ ਗੁਰੂ ਘਰੇ ਦਿੰਦਾ ਹੈ ਇਨੂੰ ਕਿਦੇ ਪਟਕਨ ਦੀ ਲੋੜ ਨਹੀਂ ਕਿ ਫੁਲਾਨੇ ਥਾਂ ਤੇ ਜਾਵਾਂਗੇ ਤੇ ਪਵਿੱਤਰ ਹੋਵਾਂਗੇ ਤੇਰਾ ਗੁਰੂ ਤੇਰਖ ਕਰੇ ਅੰਤਰਾਤਮੇ ਇਸ਼ਨਾਨ ਕਰਾਉਂਦਾ ਅੰਤਰਗਤ ਤੀਰਥ ਮਲ ਨਾਓ ਆਪਣੇ ਅੰਦਰੋਂ ਮੈਲ ਉਤਾਰ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਅੰਦਰੋਂ ਮੈਲਾਪਨ ਦੂਰ ਕਰ ਤੇ ਪਵਿੱਤਰਤਾ ਦੇ ਸਹਿ ਧੋਕੇ ਪ੍ਰਭੂ ਦਾ ਸਿਮਰਨ ਕਰ ਯਾਦ ਕਰ ਔਰ ਤੈਨੋਂ ਕਿਸੇ ਪਾਸੇ ਜਾਣ ਦੀ ਲੋੜ ਨਹੀਂਗੀ ਜੇ ਤੂੰ ਜੁੜ ਜਾਵੇਂ ਕਹਿੰਦੇ ਤੀਰਥ ਵਰਤ ਪੂਜਾ ਨੇਮ ਨਾ ਤਕਾਰ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਤੀਰਥਾਂ ਦੇ ਪੂਜਨ ਕਰਨੇ ਤੀਰਥਾਂ ਤੇ ਜਾਣਾ ਹੋਰ ਵਰਤ ਰੱਖਣੇ ਰੱਖਿਆ ਬੀਬੀਆਂ ਨੇ ਵਰਤ ਹੁੰਦਾ ਕਾਦੇ ਲਈ ਮਾਲਕ ਦੀ ਉਮਰ ਵਧਾਉਣੀ ਹੈ ਪਤੀ ਦੀ ਉਮਰ ਵਧਾਉਣੀ ਹੈ ਤੇ ਅੰਦਰੋਂ ਪਤਾ ਨਿੱਕੇ ਰੋਜ਼ ਕਿੰਨਾ ਝਗੜਾ ਤੇ ਕਿੰਨੀ ਏਰ ਕਹਿੰਦੇ ਤੇਰਾ ਬੇੜਾ ਘਰ ਕੇ ਤੂੰ ਮਰ ਜਾ ਮੇਰੇ ਮੰਗਰੋਂ ਲੈ ਜਾ ਤੇਰਾ ਸਿਆਪਾ ਨਿਬੜੇ ਇੱਕ ਦਿਨੇ ਤੇਰੇ ਵਰਤਨੇ ਕੀ ਕਰਨਾ ਆ ਇੰਨਾ ਬਾਹਰਲੇ ਕਰਨ ਦੀ ਲੋੜ ਨਹੀਂ ਅੰਦਰੋਂ ਭਾਵਨਾ ਬਣਾ ਅੰਦਰੋਂ ਮਾਲਕ ਵਾਲੀ ਭਾਵਨਾ ਹੋਵੇ ਵੈਗੁਰੂ ਵਾਲੀ ਭਾਵਨਾ ਹੋਵੇ ਸਿਖਾ ਬਾਹਰੋਂ ਤੈਨੋਂ ਵੀ ਕਹਿਣ ਦੀ ਲੋੜ ਨਹੀਂ ਕਿ ਮੈਂ ਗੁਰੂ ਵਾਲਾ ਆ ਆਂ ਅੰਦਰੂ ਭਾਵਨਾ ਗੁਰੂ ਵਾਲੀ ਬੁਣਾ ਮਾਤਾ ਜੀ ਆ ਨਹੀਂ ਕਰਦਾ ਜਿਉ ਨਹੀਂ ਕਰਦਾ ਪਰ ਤੇਰੀ ਭਾਵਨਾ ਨਹੀਂ ਗੁਰੂ ਤੇ ਆਈ ਜਿੱਦਨ ਭਾਵਨਾ ਬਣ ਗਈ ਭਗਵਾਨ ਦੇ ਨਾਲ ਮਿਲ ਜਾਵੇਂਗਾ ਤੇਰਾ ਭਲਾ ਹੋ ਜਾਵੇਗਾ ਔਰ ਜਿਹੜਾ ਹੈ ਬਾਹਰ ਦੇ ਚੀਜ਼ਾਂ ਨੇ ਇਹਨਾਂ ਨੂੰ ਤਲਾਂਝਲੀ ਦੇ ਇਹਨਾਂ ਨੂੰ ਇਹ ਨਖੇਦ ਨੇ ਜਿਵੇਂ ਇੱਕ ਪਤੀ ਪਤਨੀ ਵਾਸਤੇ ਨਖੇ ਦੇਣਾ ਕਿ ਜੇ ਉਹ ਪਤੀ ਨਾ ਮਨੋਂ ਅੰਦਰੋਂ ਸਤਕਾਰ ਅਦਬ ਬੋਲਾਂ ਕਰਕੇ ਤੇ ਮਨੋਂ ਨਹੀਂ ਕਰਦੀ ਬਾਹਰ ਦਿਓ ਵਰਤ ਰੱਖੇ ਇਸ਼ਨਾਨ ਕਰੇ ਜਬ ਤੱਕ ਕਰੇ ਸਭ ਨੇਫਲ ਹੋ ਜਾਣਗੇ ਅਦਬ ਸਤਕਾਰ ਸਿੱਖਾ ਅੰਦਰੋਂ ਤੇਰੇ ਹੋਵੇ ਜੇ ਅੰਦਰ ਸਤਕਾਰ ਨਹੀਂ ਨਾ ਤੇ ਬਾਹਰ ਪਾਵੇਂ ਟੰਡੋਰੇ ਮੇਰੀ ਤਰ੍ਹਾਂ ਪਿੱਟਦਾ ਫਿਰਿ ਮੈਂ ਗੁਰੂ ਵਾਲਾ ਆ ਮੈਂ ਆ ਆ ਮੈਂ ਬੋਹਾਂ ਪੱਲੇ ਤੇਰੇ ਕੱਖ ਨਿਉ ਪਹਿਣਾ ਪੱਲੇ ਉਦਨ ਪਹਿਣਾ ਜਿੱਦਾਂ ਹਿਰਦੇ ਚੋਂ ਮਾਲਕ ਨਾਲ ਜੁੜ ਗਿਆ ਮਾਲਕ ਦੇ ਰਸਤੇ ਤੇ ਤੁਰ ਪਿਆ ਭਾਈ ਗੁਰਦਾਸ ਸਾਹਿਬ ਕਹਿੰਦੇ ਹੋਮ ਜਗ ਭੋਗ ਨਹੀਂ ਬੇਦ ਨਹੀ ਦੇਵੀ ਦੇਵਾ ਸੇਵਾ ਕਹਿੰਦੇ ਜਿਹੜੀ ਬੀਬੀ ਨੇ ਮਾਲਕ ਨੂੰ ਮਾਲਕ ਕਰਕੇ ਜਾਣਿਆ ਉਹਨੂੰ ਕੋਈ ਹਮਨ ਕਰਨ ਦੀ ਲੋੜ ਨਹੀਂ ਕੋਈ ਜਗ ਕਰਨ ਦੀ ਲੋੜ ਨਹੀਂ ਕੋਈ ਹੋਰ ਪੂਜਾ ਕਰਨ ਦੀ ਲੋੜ ਨਹੀਂ ਔਰ ਕਹਿਣ ਲੱਗੇ ਨਾ ਕੋਈ ਦੇਵੀ ਨਾ ਕੋਈ ਦੇਵਤਾ ਪੂਜਨ ਦੀ ਲੋੜ ਆ ਜਿਨੇ ਮਾਲਕ ਨੂੰ ਮਾਲਕ ਕਰਕੇ ਤਨੋਂ ਮਨੋਂ ਕਰਕੇ ਜਾਣ ਲਿਆ ਕਹਿਣ ਲੱਗੇ ਸਿੱਖਾ ਤੈਨੂੰ ਮਿੱਕ ਦੇ ਜਾਨ ਦੀ ਲੋੜ ਨਹੀਂ ਕੋਈ ਵੀ ਕਰਮ ਕਾਂਡ ਕਰਨ ਦੀ ਲੋੜ ਨਹੀਂ ਜੇ ਕਦੇ ਤੂੰ ਮਾਲਕ ਨੂੰ ਅੰਦਰੋਂ ਮਾਲਕ ਕਰਕੇ ਜਾਣ ਲੱਗ ਪਏ ਪਦਾਰਥ ਸਾਰੇ ਸਾਨੂੰ ਪਰਮਾਤਮਾ ਦਿੰਦਾ ਜਿੰਨੇ ਨੇ ਤੇ ਅਸੀਂ ਪਰਮਾਤਮਾ ਨੂੰ ਪਦਾਰਥਾਂ ਦੇ ਨਾਲ ਮਨਾਉਨੇ ਫਿਰਦੇ ਆ ਕਿ ਮੈਂ ਜੀ ਆ ਪਦਾਰਥ ਭੇਟ ਕਰਤਾ ਆਹ ਕਰਤਾ ਜੀ ਮੈਂ ਬੋਹ ਕਰਤਾ ਜੀ ਗੁਰਦੁਆਰੇ ਲਈ ਮੰਦਰ ਲਈ ਮਸਜਦ ਲਈ ਜੀ ਮੈਂ ਆ ਕਰਤਾ ਗੁਰਮਖੋ ਉਹ ਦਿੱਤਾ ਕਿਸਦਾ ਹੈ ਆਪਾਂ ਕਿਸੇ ਨੂੰ ਮਨ ਦਾਣੇ ਦੇ ਦਿਓ ਉਹ ਦੋ ਦਿਨ ਰੋਟੀਆਂ ਖਵਾ ਕੇ ਆਪਾਂ ਨੂੰ ਉਹ ਆਪਣੇ ਘਰੇ ਪਕਾ ਕੇ ਦੋ ਦਿਨ ਭੇਜ ਕੇ ਰੌਲਾ ਪਾ ਲੇ ਦੋ ਦਿਨ ਹੋ ਗਏ ਤੇਰੇ ਘਰੇ ਰੋਟੀ ਭੇਜਨੇ ਆ ਹੋਇਆ ਅਸੀਂ ਤੇਰੇ ਨੌਕਰ ਰੱਖੇ ਆ ਤੇ ਆਪਾਂ ਕਹਾਂਗੇ ਨਾ ਤੇ ਜਿੱਥੋਂ ਰੋਟੀ ਬਣ ਕੇ ਆਉਂਦੀ ਉਹ ਦਾਣੇ ਕਿੱਦੇ ਆਏ ਆ ਗੁਰਮਖੋ ਕਿਦੇ ਆਪਾਂ ਦਮੜੀ ਗੁਰੂ ਘਰ ਨੂੰ ਕਿਦੇ ਗੁਰੂ ਦੇ ਲੇਖੇ ਲਾ ਕੇ ਨਾ ਮਾਨੰਦਰ ਮੈਂ ਤੁਹਾਨੂੰ ਨਹੀਂ ਦੱਸਾਂਗਾ ਮਾਨੰਦਰ ਤਾਂ ਹੋਏਗੀ ਨਾ ਕਿ ਮੈਂ ਗੁਰੂ ਲਈ ਆਕ ਕੀਤਾ ਮੈਂ ਵੋਹ ਕੀਤਾ ਤੇ ਉਹ ਆਇਆ ਕਿੱਥੋਂ ਆ ਰੋਜ਼ ਅਰਦਾਸਾਂ ਕਰਕੇ ਮੰਗਦੇ ਕਿ ਦੇ ਤੋਂ ਆ ਮੈਂ ਕਈ ਵੇਰ ਬਿਆਨ ਕਰਦਾ ਹੁੰਨਾ ਹੈ ਗੁਰਮਖਾਨਾ ਗੱਲ ਕਰਦਿਆਂ ਵੀ ਜੇ ਤੁਸੀਂ 100 ਕਿਦੇ ਸੇਵਾ ਚ ਲਾਉਣਾ ਹੈ ਨਾ ਤੇ 50 ਲਾ ਦਿਓ 25 ਲਾ ਦਿਓ ਪਰ ਅੰਦਰ ਖਿਆਲ ਨਾ ਬੰਨ੍ਹ ਦਿਓ ਕਿ ਮੈਂ ਇਹ ਕਰਨਾ ਹੈ ਮੈਂ ਆ ਕਰਨਾ ਹੈ ਨਹੀਂ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਅੰਦਰ ਜਦੋਂ ਖਿਆਲ ਬਣਿਆ ਉਦੋਂ ਹਉਮੈ ਦੇਣ ਵਾਲਾ ਦਾਤਾ ਹੀ ਅਰ ਸਜਨਾ ਸਤਗੁਰੂ ਉਹ ਦਿੰਦਾ ਈ ਤੈਨੂੰ ਇਹ ਕਰਮ ਕਾਂਡ ਬਾਹਰ ਦੇ ਕਰਨ ਦੀ ਲੋੜ ਨਹੀਂ ਨਾ ਦੇਵੀ ਦੇਵਤੇ ਪੂਜਣ ਦੀ ਨਾ ਕਿਸੇ ਦੀ ਸੇਵਾ ਵਿੱਚ ਜਾ ਕੇ ਉਪਸਥਿਤ ਹੋਣ ਦੀ ਤੈਨੂੰ ਤੇਰੇ ਗੁਰੂ ਤੋਂ ਹੀ ਮਿਲੇਗਾ ਜਦੋਂ ਅੰਦਰੋਂ ਜੁੜ ਪਿਆ ਰਾਗ ਨਾਦ ਬਾਦ ਨਾ ਸੰਬਾਦ ਆਦ ਦਵਾਰ ਹੈ ਹੋਰ ਦਵਾਰਿਆਂ ਤੇ ਜਾ ਕੇ ਰਾਗਾਂ ਆਦ ਦਾ ਸੁਨਣਾ ਉੱਥੋਂ ਦੇ ਮੁਤਲਕ ਔਰ ਕਹਿੰਦੇ ਉਹ ਨਾਦ ਤੁਨਾ ਤੇਰੇ ਵਾਸਤੇ ਬਾਦ ਬੇਅਰਥ ਨੇ ਤੇਰੇ ਜੀਵਨ ਨੂੰ ਬਖੇੜੇ ਵਿੱਚ ਲੈ ਜਾਣ ਗਿਆ ਤੂੰ ਉਹ ਨਾ ਸੁਣ ਤੂੰ ਆਪਣੀ ਮਾਲਕ ਦੀ ਆਵਾਜ਼ ਸੁਣ ਤੇਰਾ ਮਾਲਕ ਕੀ ਆਂਦਾ ਨ ਸੰਬਾਦ ਆਨ ਦਵਾਰ ਹੈ ਆਨ ਹੋਰ ਦਵਾਰਿਆਂ ਤੇ ਭਟਕਦਾ ਹੋਇਆ ਬਾਦ ਸੰਬਾਦ ਵਿੱਚ ਨਾ ਪੈ ਅੰਦਰ ਦੀ ਸ਼ਾਂਤੀ ਲਈ ਖੋਜ ਕਰ ਇਹ ਗੱਲ ਨਹੀਂ ਨਾ ਲੱਭ ਬੀ ਮੱਕੀ ਦੇ ਨਾਲ ਜਾ ਕੇ ਚੁੰਝ ਚਰਚਾ ਕਰਾਂ ਤੇ ਕਿਦੇ ਨਾਲ ਜਾ ਕੇ ਸਿੰਗ ੜਾਵਾਂ ਤੇ ਹੁਣ ਮੈਂ ਉਹਨੂੰ ਦਿਖਾਵਾਂ ਵੀ ਤੂੰ ਨੀਵਾ ਹੈ ਮੇਰੇ ਨਾਲ। ਔਰ ਨਹੀਂ ਗੁਰਮਖਾ ਕੁਝ ਪਾਉਣ ਲਈ ਰੱਬ ਨੂੰ ਪਾਉਣ ਲਈ ਅੰਦਰੋਂ ਤੋਰਾ। ਅੰਦਰੋਂ ਜੋੜ। ਇਹਦੇ ਬਾਅਦ ਸੰਵਾਦ ਦੇ ਵਿੱਚੋਂ ਇੱਕ ਝਗੜਾ ਹੀ ਆ ਨਾ ਉਹ ਦੂਜੇ ਦੂਜੀ ਗੱਲ ਪਰਮਾਣਾ ਨਾਲ ਹੋ ਜਾਂਦਾ ਵੀ ਇਹਦਰੋਂ ਆਇ ਖੰਡਨ ਮੰਡਣ ਹੀ ਆ ਨਾ। ਆਪਣੇ ਆਪ ਨੂੰ ਸਿੱਧ ਕਰਨਾ ਆਪਣੀ ਗੱਲ ਨੂੰ ਸਹੀ ਕਰਨਾ ਤੇ ਤੂੰ ਆਪਣੇ ਆਪ ਨੂੰ ਸ਼ੁੱਧ ਕਰ ਰੱਬ ਨੂੰ ਮਿਲ ਪੋ ਪਰਮਾਤਮਾ ਨੂੰ ਮਿਲ ਪੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਸਿਆਣੇ ਵਿਦਵਾਨ ਕੀਆ ਕਰਦੇ ਆ ਸਿਆਣਾ ਗੁਰਮਖ ਵਿਚਾਰ ਨੂੰ ਹਥਿਆਰ ਨਹੀਂ ਬਣਨ ਦਿੰਦਾ ਤੇ ਬਖੇੜੇ ਖੜਨ ਵਾਲਾ ਖੜੇ ਕਰਨ ਵਾਲਾ ਉਹ ਵਿਚਾਰ ਦਾ ਹਥਿਆਰ ਬਣਾ ਕੇ ਲਿਆਏਗਾ ਮੈਨੂੰ ਕੱਟਣਾ ਹੈ ਹਥਿਆਰ ਕੱਟਦਾ ਹੈ ਨਾ ਇਹਦੀ ਗੱਲ ਨੂੰ ਕੱਟਣਾ ਇਹਨੂੰ ਕੱਟਣਾ ਹੈ ਨਹੀਂ ਗੁਰਮੁਖਾ ਜੇ 100 ਗੱਲ ਚੰਗੀ ਕੀਤੀ ਦੋ ਕਿਸੇ ਤੋਂ ਇੱਧਰ ਉੱਧਰ ਉੱਧਰ ਹੋ ਗਈਆਂ ਉਹ 98 ਗ੍ਰਹਿਣ ਕਰ ਲਾ ਤੂੰ ਉਹ ਦੋ ਨੂੰ ਹੀ ਕਿਉਂ ਛਿੱਕੇ ਤੇ ਚੰਗ ਟੰਗ ਕੇ ਤੁਰਿਆ ਫਿਰਦਾ ਸਾਡੀ ਗੱਲ ਇਹ ਬਣ ਗਈ ਏ ਫਿਰ ਉਹ 100 ਗੱਲ ਦੇ ਵਿੱਚੋਂ ਅਸੀਂ ਗ੍ਰਹਿਣ ਕੀ ਕੀਤਾ ਉਹ ਦੋ ਮਾੜੀਆਂ ਜਿਹੜੀਆਂ ਔਗਣ ਸੀ ਨਾ ਮਹਾਰਾਜ ਕਹਿੰਦੇ ਚੰਗਿਆਈ ਨੂੰ ਗ੍ਰਹਿਣ ਕਰ ਹੋਰ ਪਾਸੇ ਨਾ ਤੁਰਿਆ ਫਿਰ ਔਰ ਦਵਾਰੇ-ਦਵਾਰ ਨਾ ਪਟਕ ਰੱਬ ਦੇ ਦਰ ਤੇ ਅਜਾ ਸਜਣਾ ਬੀਬੀ ਉਸ ਦਾ ਜੀਵਨ ਪ੍ਰਵਾਹ ਨੇ ਜਿਹੜੀ ਆਪਣੇ ਮਾਲਕ ਦੀ ਹੋ ਕੇ ਰਹਿ ਗਈ ਔਰ ਸਿੱਖ ਉਸ ਦਾ ਜੀਵਨ ਪ੍ਰਵਾਹ ਨੇ ਜਿਹੜਾ ਆਪਣੇ ਗੁਰੂ ਦੇ ਦਰ ਦਾ ਹੋ ਗਿਆ ਜਿਹੜਾ ਦਰ-ਦਰ ਤੇ ਪਟਕਿਆ ਨਾ ਦਰ-ਦਰ ਤੇ ਫਿਰਿਆ ਉਹਨੂੰ ਇੱਕ ਦਾ ਸੇਵਕ ਨਹੀਂ ਕਹਿੰਦੇ ਉਹਨੂੰ ਇੱਕ ਮਾਲਕ ਵਾਲਾ ਨਹੀਂ ਕਹਿੰਦੇ ਉਹਨੂੰ ਤਾਂ ਦਰਦਰ ਤੇ ਪਟਕਣ ਵਾਲਾ ਕਹਿੰਦੇ ਨੇ ਤੇ ਵਿਦਵਾਨ ਫਿਰ ਕਹਿੰਦੇ ਆ ਜਗਾ ਜਗਾ ਕੇ ਮੀਤ ਕੋ ਕੌਣ ਬਠਾਵੇ ਪਾਸ ਜਗਾ ਜਗਾ ਤੇ ਪਟਕਣ ਵਾਲੇ ਨੂੰ ਕੋਲ ਕੋਈ ਨਹੀਂ ਬਿਠਾਉਂਦਾ ਕਹਿੰਦੇ ਐਸਾ ਨਾ ਹੋਵੇ ਭਾਈ ਸਾਹਿਬ ਚੌਥਾ ਪਰਮਾਨ ਦੇਂਦੇ ਕਹਿੰਦੇ ਤੈਸੇ ਗੁਰ ਸਿੱਖਨ ਮੈਂ ਏਕ ਟੇਕ ਹੀ ਪ੍ਰਧਾਨ ਅਗਲਪੁਰਖ ਵੈ ਗੁਰੂ ਫਿਰ ਕਿਰਪਾ ਕਰਦਾ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰੂ ਕੇ ਸਿੱਖਾਂ ਦੇ ਵਿੱਚ ਇੱਕ ਪ੍ਰਭੂ ਦਾ ਆਸਰਾ ਮੁਖੀ ਕਰ ਦਿੱਤਾ ਬਈ ਇੱਕ ਦਾ ਆਸਰਾ ਹੈ ਤੇਰੇ ਲਈ ਕੋਈ ਦੂਜਾ ਨਹੀਂ ਹੈਗਾ ਇੱਕ ਨੂੰ ਆਰਾਧ ਜਿਹਨੂੰ ਮਹਾਰਾਜ ਪਨਵੇਂ ਗੁਰਦੇਵ ਬਾਣੀ ਅੰਦਰ ਬਚਨ ਕਰਦੇ ਤੁਧ ਬੈਨ ਦੂਜਾ ਨਹੀਂ ਕੋਏ ਤੂੰ ਕਰਤਾਰ ਕਰੈ ਸੋ ਹੋਏ ਤੇਰਾ ਜੋਰ ਤੇਰੀ ਮਾਨ ਟੇਕ ਸਦਾ ਸਦਾ ਜਪ ਨਾਨਕ ਏਕ ਉਹ ਇੱਕ ਦਾ ਟੇਕ ਆਸਰਾ ਹੈ ਤੇ ਆਸਰਾ ਲੈਣ ਵਾਲਾ ਪ੍ਰਧਾਨ ਮੂਰਲੀਆਂ ਕਤਾਰਾਂ ਵਿੱਚ ਮੁਖੀਆ ਤੇ ਸੰਸਾਰ ਚ ਮੁੱਖ ਕੀਏ ਇੱਕ ਦਾ ਆਸਰਾ ਉਹ ਆਸਰਾ ਮੁਖੀਆ ਹੈ ਉਹ ਇੱਕ ਪਰਮਾਤਮਾ ਹਿਰਦੇ ਚ ਵਸਿਆ ਤਾਂ ਕਹਿੰਦੇ ਆਣ ਗਿਆਨ ਧਿਆਨ ਪਰਮਾਤਮਾ ਤੋਂ ਆਣ ਹੋਰ ਜਿਹੜਾ ਗਿਆਨ ਇਕੱਠਾ ਕਰਨਾ ਤੇ ਔਰ ਧਿਆਨ ਲਾਉਣਾ ਫਲਾਣੇ ਥਾਂ ਤੇ ਫੁਲਾਨੀ ਚੀਜ਼ ਪਈ ਏ ਜੀ ਕਹਿੰਦੇ ਰੱਬ ਤੋਂ ਛੁੱਟ ਔਰ ਗਿਆਨ ਗੁਰੂ ਦਾ ਹੀ ਪ੍ਰਵਾਹ ਨੇ ਗਿਆਨ ਬੜੇ ਪ੍ਰਕਾਰ ਦਾ ਹੈ ਗੁਰੂ ਦਾ ਗਿਆਨ ਨੇ ਨਾਲੇ ਗਿਆਨ ਗੁਰੂ ਨਹੀਂ ਗੁਰੂ ਦਾ ਗਿਆਨ ਹੈ ਔਰ ਉਹ ਗਿਆਨ ਗੁਰੂ ਵਾਲਾ ਹੋਵੇ ਆਨ ਗਿਆਨ ਹੋਰ ਜਗਾਵਾਂ ਦਾ ਗਿਆਨ ਹੋਰ ਵਸਤੂਆਂ ਦਾ ਗਿਆਨ ਗਿਆਨ ਤਾਂ ਬੁਰੀਆਂ ਚੀਜ਼ਾਂ ਦਾ ਵੀ ਹੈ ਬੁਰੀਾਈ ਦਾ ਵੀ ਉਹ ਕਰਨੀ ਕਿਵੇਂ ਚੋਰੀ ਵੀ ਕਿਵੇਂ ਸਨ ਲਾਉਣੀ ਹੈ ਬੇ ਵਿਚਾਰੀ ਦਾ ਵੀ ਏ ਅਰ ਭੋਗ ਬਿਲਾਸ ਕਿਵੇਂ ਕਰਨੇ ਉਦਰ ਨੂੰ ਵੀ ਏ ਮਹਾਰਾਜ ਕਹਿੰਦੇ ਨਹੀਂ ਨਾ ਤੇਰਾ ਉਦਰ ਧਿਆਨ ਜਾਵੇ ਨਾ ਤੈਨੂੰ ਕਿਦੇ ਉਹ ਧਿਆਨ ਆਵੇ ਨਾ ਤੇਰੇ ਕੋ ਉਹ ਗਿਆਨ ਆਵੇ ਉਧਰੋਂ ਰਹਿਤ ਹੋ ਤੇ ਜੇ ਤੇ ਮੰਨ ਦੇ ਅੰਦਰੋਂ ਖਿਆਲ ਆ ਗਿਆ ਨਾ ਉਹ ਚੱਲ ਪੈਗਾ ਚੇਤੇ ਵਿੱਚ ਚੱਲ ਪਏਗਾ ਤੇ ਉਹ ਚਿਤਵਣਾ ਕੀ ਇਹ ਚਿਤਵਣਾ ਸੀ ਪਰਮਾਤਮਾ ਨੂੰ ਚਿਤਵਦਾ ਬੁਰਾਈ ਨੂੰ ਪਿਆ ਸਿਮਰਨ ਪਰਮਾਤਮਾ ਦਾ ਕਰਨਾ ਸੀ ਹੁਣ ਵਿਕਾਰਾਂ ਦਾ ਵਿਚਾਰ ਦਾ ਪਿਆ ਕਰਦਾ ਹੈ ਚੋਰੀ ਦਾ ਕਰਦਾ ਹੈ ਹੋਰ ਗੱਲਾਂ ਦਾ ਕਰਦਾ ਹੈ ਮਹਾਰਾਜ ਕਹਿੰਦੇ ਸਿਮਰਨ ਵਿਵਚਾਰ ਹੈ ਹੋਰ ਰੱਬ ਤੋਂ ਬਗੈਰ ਜਿਹੜਾ ਜਿਵੇਂ ਕਹਿ ਦਿੰਦੇ ਨਾ ਬਈ ਇਹ ਜਗਾ ਜਗਤ ਜਾਣ ਵਾਲੀ ਵੇਸ਼ਵਾ ਨੂੰ ਵਿਵਚਾਰ ਆਦ ਕਹਿ ਦਿੰਦੇ ਆ ਕਹਿੰਦੇ ਵੀ ਉਹ ਸਿੱਖ ਵੀ ਜਿਹੜਾ ਇੱਕ ਗੁਰੂ ਨੂੰ ਛੱਡ ਕੇ ਹੋਰ ਜਗਾਵਾਂ ਦਾ ਗਿਆਨ ਹੋਰ ਪਾਸਿਆਂ ਦਾ ਬਹੁਤਿਆਂ ਦਾ ਧਿਆਨ ਧਰੀ ਬੈਠਾ ਹੈ ਕਦੀ ਕਿਸੇ ਦੀ ਗੱਲ ਨੂੰ ਸਿਮਰਤੀ ਵਿੱਚ ਲੈ ਆਉਂਦਾ ਹੈ ਕਦੀ ਕਿਸੇ ਨੂੰ ਕਹਿੰਦੇ ਹੋਵੇ ਵਿਚਾਰੀ ਹੈ ਉਹਦਾ ਜੀਵਨ ਐਸਾ ਹੋ ਗਿਆ ਇੱਕ ਤੇ ਨਹੀਂ ਰਿਹਾ ਇੱਕ ਤੇ ਭਰੋਸਾ ਮਾਨ ਨਹੀਂ ਲੈਂਦਾ ਇੱਕ ਪਰਮਾਤਮਾ ਵਾਲਾ ਨਹੀਂ ਹੋਇਆ ਉਹਦਾ ਜੀਵਨ ਐਸਾ ਹੋ ਗਿਆ ਭਾਈ ਸਾਹਿਬ ਕਹਿੰਦੇ ਇੱਕ ਦਾ ਹੋ ਇੱਕ ਮਾਲਕ ਨਾਲ ਜੁੜ ਇੱਕੋ ਮਾਰਗ ਤੇ ਤੁਰ ਤੇ ਮਾਲਕ ਦੇ ਘਰ ਵਿੱਚ ਰਹਿਣਿਆ ਹੋਇਆ ਜਿਵੇਂ ਉਹ ਬੀਬੀ ਸਾਰੇ ਸੰਸਾਰ ਵਿੱਚ ਪਰਿਵਾਰ ਵਿੱਚ ਕਾਰੋਬਾਰ ਦੀਆਂ ਜ਼ਿੰਮੇਵਾਰੀਆਂ ਹੀ ਨਿਭਾਉਂਦੀ ਏ ਪਰ ਉਹਦਾ ਭਰੋਸਾ ਸਾਰੇ ਵੱਡੇ ਛੋਟਿਆਂ 'ਚ ਵਿਚਰਦਿਆਂ ਹੋਇਆਂ ਜਿਹੜੀ ਜਗ੍ਹਾ ਉਹਦੇ ਜੀਵਨ 'ਚ ਉਹਦੇ ਪਤੀ ਲਈ ਮਾਲਕ ਲਈ ਏ ਬੋਲ ਉਹ ਕਿਸੇ ਲਈ ਨਹੀਂ ਸਿਖਾ ਤੇਰਾ ਵੀ ਗੁਰੂ ਤੇ ਭਰੋਸਾ ਹੋਵੇ ਸੰਸਾਰ ਵਿੱਚ ਵਿਚਰਨਿਆ ਪਰਿਵਾਰ ਵਿੱਚ ਵਿਚਰਨਿਆ ਕਾਰੋਬਾਰ ਵਿੱਚ ਵਿਚਰਨਿਆ ਔਰ ਜਿਹੜੀ ਗੱਲਬਾਤ ਤੇਰੇ ਗੁਰੂ ਦੀ ਤੇਰੇ ਜੀਵਨ ਵਿੱਚ ਹੋਵੇ ਦੂਜੇ ਦੀ ਨਹੀਂ ਇਹ ਭਾਈ ਗੁਰਦਾਸ ਸਾਹਿਬ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਗਰੀਬ ਨਿਵਾਜ਼ ਕਿਰਪਾ ਕਰਨ ਅਰ ਸਾਨੂੰ ਇਮਾਦਰਾ ਸਮਝ ਆਵੇ ਤੁਸ ਬੁੱਧੀ ਨਾਲ ਸੰਖੇਪ ਰੂਪ ਚ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚਕਾ ਹੋ ਜਾਂਦੀਆਂ ਆਪ ਸਤਿਗੁਰੂ ਕੀ ਸੰਗਤ ਸਤਿਗੁਰੂ ਬਖਸ਼ਣ ਜੋਗ ਸਤਿਗੁਰੂ ਮੇਰ ਕਰਨ ਸਾਨੂੰ ਇਮਾਦਰਾ ਸਮਝ ਆਵੇ ਅਸੀਂ ਸਮਝ ਸਮਝ ਕੇ ਸਤਿਗੁਰੂ ਦੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਬਸਰ ਕਰੀਏ ਅਸੀਂ ਮਾਲਕ ਵਾਲੇ ਹਾਂ ਮਾਲਕ ਵਾਲੇ ਰਹੀਏ ਤੇ ਜਿੱਦਨ ਸੰਸਾਰ ਤੋਂ ਜਾਣਾ ਉਦਨ ਮਾਲਕ ਵਾਲੇ ਹੋ ਕੇ ਜਾਈਏ ਕਿ ਦੇ ਨਾ ਹੋਵੇ ਮਾਲਕ ਤੋਂ ਬਗੈਰ ਹੀ ਚਲੇ ਜਾਈਏ ਤੇ ਆਵਾਗਮਨ ਦੇ ਚੱਕਰ ਵਿੱਚ ਪਈਏ ਸਾਡਾ ਆਇਆ ਸਫਲਾ ਬਯੰਤ ਭੁੱਲਾਂ ਦੀ ਖਿਮਾ ਕਰਿਆ ਜੀ ਗਰੀਬ ਨਿਵਾਜ ਦੇ ਬਚਨ ਜਾਣ ਕੇ ਹਿਰਦਿਆਂ ਚ ਬਸਾਵਨੇ ਦਾਸ ਪਾਸੋਂ ਵਿਚਾਰ ਕਰਦਿਆਂ ਬਯੰਤ ਭੁੱਲਾਂ ਦੀ ਖਿਮਾ ਕਰਨੀ ਇੰਨੀਆਂ ਬੇਨਤੀਆਂ ਪ੍ਰਵਾਨ ਜੀ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ